ਕਣਕ ਸਾਰੇ ਦੇ ਸਕਦੇ ਨੇ, ਆਟਾ ਸਾਰੇ ਦੇ ਸਕਦੇ ਨੇ, ਰੁਮਾਲਾ ਸਾਹਿਬ ਸਾਰੇ ਦੇ ਸਕਦੇ ਨੇ। ਰੱਬ ਕਹਿੰਦਾ ਮੈਨੂੰ ਪ੍ਰੇਮ ਚਾਹੀਦਾ, ਪ੍ਰੇਮ ਸਾਡੇ ਕੋਲ ਹੈ ਹੀ ਨਹੀਂ, ਦਈਏ ਕਿੱਥੋਂ। ਰੱਬ ਦੇ ਨਾਮ ਵਾਲੇ ਪਾਸੇ ਦੇ ਸੋਕਾ ਪਿਆ, ਅੰਦਰ ਖੁਸ਼ਕ ਹੋ ਗਿਆ ਜੀਵਨ, ਕਿੱਥੋਂ ਦਈਏ। ਧਿਆਨ ਦੇਣਾ ਗੁਰਮੁਖੋ, ਪ੍ਰੇਮ ਨਾਲ ਉਹ ਪਿਆਰਾ ਰੀਝਦਾ ਹੈ, ਉਹਨੂੰ ਪ੍ਰੇਮ ਦੀ ਭੁੱਖ ਲੱਗਦੀ ਹੈ, ਤੇ ਜਿੱਥੇ ਤੁਸੀਂ ਬੈਠੇ ਹੋ ਪ੍ਰੇਮ ਪੈਦਾ ਇੱਥੇ ਹੁੰਦਾ ਸੰਗਤ ਵਿੱਚ ਆ ਕੇ। ਬੋਲੋ ਵਾਹਿਗੁਰੂ ਵਾਹਿਗੁਰੂ। ਇਹ ਨਾ ਸੋਚੋ ਵੀ ਆ 10-15 ਟੈਂਟ ਲਾ ਕੇ ਤੇ ਵਲਗਣ ਵਲੀ ਹੈ, ਇਹਦੇ ਵਿੱਚ ਬੈਠ ਕੇ ਪ੍ਰੇਮ ਦੀ ਖੇਤੀ ਉੱਗਦੀ ਹੈ, ਸਾਧ ਸੰਗਤ ਵਿੱਚ ਬੈਠ ਕੇ ਪ੍ਰੇਮ ਪੈਦਾ ਹੁੰਦਾ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਕਰਕੇ ਪ੍ਰੇਮ ਪੈਦਾ ਹੁੰਦਾ, ਲਗਨ ਲੱਗਦੀ ਹੈ, ਪ੍ਰੇਰਣਾ ਮਿਲਦੀ ਹੈ। ਬੇਡੀ ਪ੍ਰੀਤ ਮਜੂਰੀ ਮੰਗੈ ਜੋ ਕੋ ਛਾਨ ਛਵਾਵੈ ਹੋ, ਉਹ ਪ੍ਰੇਮ ਦੀ ਮਜ਼ਦੂਰੀ ਲੈਂਦਾ ਹੈ, ਤੇ ਅਗਲੀ ਪੰਕਤੀ ਵਿੱਚ ਪਤਾ ਕੀ ਕਹਿ ਦਿੱਤਾ, ਲੋਕ ਕਟੰਬ ਸਭੂ ਤੇ ਤੋਰੈ ਤੋ ਆਪਣ ਵੇਢੀ ਆਵੈ ਹੋ। ਬੋਲੋ ਵਾਹਿਗੁਰੂ ਵਾਹਿਗੁਰੂ। ਧਿਆਨ ਇੱਧਰ ਰੱਖਿਓ ਜਰਾ, ਲੋਕ ਕਟੰਬ ਸਭੇ ਤੇ ਤੋਰੈ ਤੋ ਆਪਣ ਵੇਢੀ ਆਵੈ ਹੋ। ਕਹਿੰਦੇ ਲੋਕਾਂ ਨਾਲੋਂ ਵੀ ਤੋੜ ਦਿੰਦਾ ਹੈ, ਟੱਬਰ ਨਾਲੋਂ ਵੀ ਤੋੜ ਦਿੰਦਾ ਹੈ, ਤੇ ਜਦੋਂ ਦੇਖ ਲੈਂਦਾ ਨਾ ਕਿ ਹੁਣ ਸਾਰਿਆਂ ਨਾਲੋਂ ਟੁੱਟ ਗਿਆ, ਹੁਣ ਇਹਨੂੰ ਮੇਰੀ ਲੋੜ ਹੈ, ਫਿਰ ਉਹਨੂੰ ਬੁਲਾਉਣ ਦੀ ਵੀ ਲੋੜ ਨਹੀਂ ਪੈਂਦੀ, ਆਪੇ ਹੀ ਚੱਲ ਕੇ ਆ ਜਾਂਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਇਸੇ ਕਰਕੇ ਤੇ ਸਿੱਖੀ ਕਮਾਉਣੀ ਔਖੀ ਹੈ, ਹੋਰ ਪੱਗਾਂ ਬੰਨਣੀਆਂ ਥੋੜੀਆਂ ਔਖੀਆਂ ਨੇ, ਬਹੁਤ ਵੱਡੀਆਂ ਵੱਡੀਆਂ ਬੰਨੀ ਫਿਰਦੀ ਦੁਨੀਆ, ਬੜੇ ਢੰਗ ਬਦਲ ਬਦਲ ਕੇ ਬੰਨਦੀ ਦੁਨੀਆ, ਪਰ ਫਤਿਹ ਕਿਸੇ ਨੂੰ ਬੁਲਾਉਂਦੇ ਨਹੀਂ। ਧਿਆਨ ਦੇਣਾ, ਹੰਕਾਰ ਸਤਵੇਂ ਸਮਾਨ ਤੇ ਫਿਰਦਾ ਹੈ, ਰੱਬ ਇਸ ਤਰ੍ਹਾਂ ਥੋੜੀ ਮਿਲਦਾ ਕਿਸੇ ਨੂੰ, ਨਾ ਇਹ ਢੰਗ ਹੈ ਉਹਦੀ ਖੁਸ਼ੀ ਦਾ, ਉਹਦੀ ਨੇੜਤਾ ਦਾ। ਬੋਲੋ ਵਾਹਿਗੁਰੂ ਵਾਹਿਗੁਰੂ। ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਵੇਢੀ ਆਵੈ ਹੋ, ਸਾਰਿਆਂ ਨਾਲੋਂ ਤੋੜ ਦਿੰਦਾ ਤੇ ਫਿਰ ਆਪ ਆ ਜਾਂਦਾ ਹੈ, ਆਪ ਆ ਕੇ ਫਿਰ ਸਾਰਿਆਂ ਨਾਲ ਹੀ ਜੋੜ ਦਿੰਦਾ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਪਹਿਲਾਂ ਤੋੜਦਾ ਫਿਰ ਜੋੜਦਾ, ਪਹਿਲਾਂ ਚਾਰ ਕੁ ਜੀਆਂ ਨਾਲ ਜੁੜਿਆ ਸੀ, ਹੁਣ ਸਾਰੀ ਦੁਨੀਆਂ ਦੇ ਜੀਆਂ ਨਾਲ ਜੁੜ ਗਿਆ। ਪਹਿਲਾਂ ਆਪਣੇ ਬੱਚਿਆਂ ਦਾ ਦੁੱਖ ਦੁੱਖ ਦਿਸਦਾ ਸੀ, ਹੁਣ ਸਾਰੀ ਦੁਨੀਆਂ ਦੇ ਬੱਚਿਆਂ ਦਾ ਦੁੱਖ ਦੁੱਖ ਦਿਸਦਾ। ਪਹਿਲਾਂ ਆਪਣੇ ਘਰ ਦੀ ਗੰਦਗੀ ਗੰਦਗੀ ਦਿਸਦੀ ਸੀ, ਹੁਣ ਸਾਰੀ ਦੁਨੀਆਂ ਦੀ ਗੰਦਗੀ ਗੰਦਗੀ ਦਿਸਦੀ ਹੈ, ਤੇ ਤੁਰ ਪੈਂਦਾ ਸਫਾਈ ਵਾਸਤੇ, ਤੋੜ ਕੇ ਜੋੜ ਦਿੰਦਾ ਨਾ। ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਵੇਢੀ ਆਵੈ ਹੋ, ਆਪਣੇ ਆਪ ਚੱਲ ਕੇ ਆ ਜਾਂਦਾ। ਪਰ ਔਖੀ ਖੇਡ ਆ ਕੋਈ ਨਾ।